are watching Channel Y. Channel Y, a South Asian Canadian channel. ਇਤਿਹਾਸਿਕ ਜਾਮਾ ਮਸਜਿਦ ਲੁਧਿਆਣਾ 'ਚ ਸਮਾਜਿਕ ਦੂਰੀ ਦੇ ਨਾਲ ਨਾਇਬ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਈਦ ਉਲ ਫਿਤਰ ਦੀ ਨਮਾਜ਼ ਅਦਾ ਕਰਵਾਈ ਅਤੇ ਮੂੰਹ ਮਿੱਠਾ ਕਰਕੇ ਵਧਾਈਆਂ ਦਿੱਤੀਆਂ। ਇਸ ਮੌਕੇ ਆਪਣੇ ਪੈਗਾਮ 'ਚ ਸ਼ਾਹੀ ਇਮਾਮ ਨੇ ਕਿਹਾ ਕਿ ਈਦ ਰੋਜ਼ੇਦਾਰਾਂ ਲਈ ਅੱਲਾਹ ਤਾਲਾ ਦਾ ਇਨਾਮ ਹੈ। ਅੱਜ ਦੇ ਦਿਨ ਨਫ਼ਰਤ ਖਤਮ ਕਰਕੇ ਮੁਹੱਬਤਾਂ ਵੰਡੀਆਂ ਜਾਂਦੀਆਂ ਨੇ। ਸ਼ਾਹੀ ਇਮਾਮ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਇਸ ਸਮੇਂ 'ਚ ਈਦ ਦੇ ਦਿਨ ਗਲੇ ਨਹੀਂ ਮਿਲ ਸਕਦੇ ਤਾਂ ਕੀ ਹੋਇਆ, ਪਰ ਸਾਥ ਜ਼ਰੂਰ ਨਿਭਾਉਂਦੇ ਰਹੋ। ਸ਼ਾਹੀ ਇਮਾਮ ਨੇ ਕਿਹਾ ਕਿ ਇਹ ਮਹਾਂਮਾਰੀ ਸਿਰਫ ਇਨਸਾਨਾਂ ਦੀ ਜਾਨ ਹੀ ਨਹੀਂ ਲੈ ਰਹੀ, ਸਗੋਂ ਰਿਸ਼ਤਿਆਂ ਅਤੇ ਦੋਸਤੀਆਂ ਦਾ ਵੀ ਕਤਲ ਕਰ ਰਹੀ ਹੈ। ਲੋਕ ਇੱਕ ਦੂਜੇ ਦੀ ਮਦਦ ਕਰਨ ਤੋਂ ਅੱਖਾਂ ਚੁਰਾ ਰਹੇ ਨੇ, ਜੋ ਸ਼ਰਮ ਦੀ ਗੱਲ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਯਾਦ ਰੱਖੋ, ਮੁਸੀਬਤ ਦਾ ਇਹ ਵਕਤ ਗੁਜ਼ਰ ਜਾਵੇਗਾ ਪਰ ਬੇਵਫਾਈਆਂ ਯਾਦ ਰਹਿਣਗੀਆਂ, ਇਸ ਲਈ ਆਪਣੀਆਂ ਜ਼ਮੀਰਾਂ ਜ਼ਿੰਦਾ ਰੱਖੋ। ਸ਼ਾਹੀ ਇਮਾਮ ਨੇ ਕਿਹਾ ਕਿ ਕੋਰੋਨਾ 'ਚ ਕਾਲਾ ਬਾਜ਼ਾਰੀ ਕਰਨ ਵਾਲੇ ਦੇਸ਼ ਦੇ ਗੱਦਾਰ ਨੇ ਅਜਿਹੇ ਲੋਕਾਂ ਦੇ ਖਿਲਾਫ਼ ਨਮਾਜ਼ ਅਦਾ ਕਰਦੇ ਹੋਏ ਬਿਮਾਰਾਂ ਲਈ ਖਾਸ ਦੁਆ ਕਰਨੀ ਚਾਹੀਦੀ ਹੈ। ਬਿਸਮਿਲ੍ਲਾਹਿ ਰਹਿਮਾਨ ਰਹੀਮ, ਸ਼ੁਰੂ ਕਰਦਾ ਅੱਲਾਹ ਤਾਲਾ ਦੇ ਨਾਂ ਤੋਂ ਜੋ ਬੜਾ ਮਿਹਰਬਾਨ ਅਤੇ ਨਿਹਾਇਤ ਰਹਿਮ ਕਰਨ ਵਾਲਾ ਹੈ। ਰਮਜ਼ਾਨ ਸ਼ਰੀਫ ਦੇ ਮੁਕੱਦਸ ਮਹੀਨੇ ਤੋਂ ਬਾਅਦ ਅੱਜ 14 ਮਈ 2021 ਨੂੰ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਦੇ ਬਾਹਰ ਸੋਸ਼ਲ ਡਿਸਟੈਂਸਿੰਗ 'ਚ ਈਦ ਉਲ ਫਿਤਰ ਦੀ ਨਮਾਜ਼ ਜਿਹੜੀ ਹੈ ਉਹ ਅਦਾ ਕੀਤੀ ਗਈ, ਔਰ ਖਾਸ ਕਰਕੇ ਦੁਆ ਕੀਤੀ ਗਈ ਕਿ ਪੂਰਾ ਵਿਸ਼ਵ, ਭਾਰਤ ਅਤੇ ਪੰਜਾਬ ਇਸ ਕਰੋਨਾ ਦੀ ਮਹਾਮਾਰੀ ਤੋਂ ਨਿਜਾਤ ਹਾਸਿਲ ਕਰੇ ਅਤੇ ਜਿਹੜੇ ਵੀ ਲੋਕ ਹਸਪਤਾਲਾਂ ਦੇ ਵਿੱਚ ਬਿਮਾਰ ਪਏ ਨੇ ਉਹਨਾਂ ਦੀ ਸਿਹਤ ਦੇ ਲਈ ਖਾਸ ਕਰਕੇ ਦੁਆ ਕੀਤੀ ਗਈ ਹੈ। ਮੈਂ ਕਹਿਣਾ ਚਾਹੁੰਦਾ ਕਿ ਈਦ ਉਲ ਫਿਤਰ ਜਿਹੜਾ ਹੈ ਉਹ ਨਾਰਾਜ਼ਗੀਆਂ ਦੂਰ ਕਰਕੇ, ਨਫ਼ਰਤਾਂ ਖਤਮ ਕਰਕੇ ਮੁਹੱਬਤਾਂ ਵੰਡਣ ਦਾ ਤਿਉਹਾਰ ਹੈ। ਇਹਨੂੰ ਮਿੱਠੀ ਈਦ ਜਾਂ ਸੇਵੀਆਂ ਵਾਲੀ ਈਦ ਵੀ ਕਹੀ ਜਾਂਦੀ ਹੈ, ਅਤੇ ਇਸ ਲਈ ਸਾਰੇ ਉਹਨਾਂ ਲੋਕਾਂ ਨੂੰ ਗੁਜ਼ਾਰਿਸ਼ ਹੈ ਜਿਨ੍ਹਾਂ ਦੀ ਕਿਸੇ ਦੇ ਨਾਲ ਵੀ, ਭਾਵੇਂ ਦੋਸਤਾਂ ਨਾਲ, ਰਿਸ਼ਤੇਦਾਰਾਂ ਨਾਲ, ਪੜੋਸੀਆਂ ਦੇ ਨਾਲ ਕੋਈ ਵੀ ਅਗਰ ਨਾਰਾਜ਼ਗੀ ਹੈ ਤਾਂ ਈਦ ਵਾਲੇ ਦਿਨ ਨਾਰਾਜ਼ਗੀ ਨੂੰ ਛੱਡ ਕੇ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਾਈਏ, ਅਤੇ ਇਸ ਕਰੋਨਾ ਮਹਾਂਮਾਰੀ ਦੇ ਵਿੱਚ ਅਗਰ ਗਲੇ ਨਹੀਂ ਮਿਲ ਸਕਦੇ, ਘੱਟੋ ਘੱਟ ਉਹਨਾਂ ਲੋਕਾਂ ਦਾ ਸਾਥ ਦੇਈਏ ਜਿਹੜੇ ਇਸ ਬਿਮਾਰੀ ਦੇ ਨਾਲ ਜੂਝ ਰਹੇ ਨੇ। ਇਹਨਾਂ ਹੀ ਅੱਖਰਾਂ ਦੇ ਨਾਲ ਤੁਹਾਨੂੰ ਇੱਕ ਵਾਰ ਫਿਰ ਈਦ ਮੁਬਾਰਕ। ਯੂ ਆਰ ਵਾਚਿੰਗ ਚੈਨਲ ਵਾਈ, ਚੈਨਲ ਵਾਈ, ਅ ਸਾਊਥ ਏਸ਼ੀਅਨ ਕੈਨੇਡੀਅਨ ਚੈਨਲ।